ਲੋਕਾਂ ਵਾਸਤੇ ਸਾਨੂੰ ਇੰਨਾ ਕਰਨਾ ਪਊਗਾ, ਫਿਰ ਅਸੀਂ ਭਰ ਵੀ ਦੇਵਾਂਗੇ ਜੀ। ਜਿਹੜਾ ਕੋਣ ਵਿਚਾਰਾ ਐਮਰਜੈਂਸੀ 'ਚ ਆ ਗਿਆ, ਜਿਹਦੀਆਂ ਵਿਚਾਰ ਦੀਆਂ ਲੱਤਾਂ ਹੀ ਨਹੀਂ ਕੰਮ ਕਰਨ ਡੀਆਂ, ਜੇ ਉਹਨੂੰ ਚੜਾਉਣਾ ਪੈਂਦਾ ਜਾਂ ਕੋਈ ਕੈਂਸਰ ਪੇਸ਼ੈਂਟ ਕੋਈ ਪੀਜੀਆਈ ਤੋਂ ਆਉਂਦਾ, ਅਤੇ ਜੇ ਕੋਈ ਇੰਨਾ ਮੱਥੇ 'ਤੇ ਅੱਖਾਂ ਰੱਖ ਕੇ ਤਾਂ ਵਾਰਾਂ ਨਹੀਂ ਜੀ ਖਾਂਦਾ ਕਿ ਕੋਈ ਬਸ ਸੀਸਾਂ ਥੋੜ੍ਹੇ ਲੈਣੀਆਂ। ਹਾਂਜੀ ਰਾਹਤ ਦਿੱਤੀ ਹੈ ਜੀ, ਪਰ ਇਹਨੂੰ ਮਜਬੂਰੀ ਨਾ ਸਮਝ ਲਏ ਵੀ ਕੋਈ ਬੰਦਾ ਧੱਕੇ ਨਾਲ ਕੋਈ ਸਾਡੇ ਨਾਲ ਕੋਈ ਡਰਾਈਵ ਕਨੈਕਟਰ ਨਾਲ ਕੋਈ ਝਗੜਾ ਕਰਨ ਲੱਗੇ, ਉਹ ਨਹੀਂ ਹੋਣ ਦੇਣਾ। ਉਹ ਬਕਾਇਦਾ ਉਹੀ ਧਾਰਾ ਲੱਗੂਗੀ, ਉੱਥੇ ਪਰਚਾ ਕਰਾਵਾਂਗੇ ਜੇ ਕੋਈ ਸਾਡੇ ਡਰਾਈਵ ਕਨੈਕਟਰ ਨਾਲ ਲੜਾਈ ਝਗੜਾ ਕਰੂਗਾ। ਤੇ ਕਿੰਨੀ ਦੇਰ ਤੱਕ ਰਾਹਤ ਹੈ ਜੀ? ਰਾਹਤ ਹੀ ਹੈ ਜੀ, ਇਹ ਕਾਨੂੰਨ ਹੈ, ਕਾਨੂੰਨ ਦੇ ਉੱਤੋਂ ਦੀ ਤਾਂ ਅਸੀਂ ਹੈ ਨਹੀਂ। ਕਾਨੂੰਨ ਮੁਤਾਬਕ 52 ਸਵਾਰੀਆਂ ਬਹਿਣੀਆਂ, ਜੇ 52 ਸੀਟਡ ਆ 52, ਜੇ 28 ਆ 48 ਆ, ਜਿੰਨੀਆਂ ਸੀਟਾਂ ਵਾਲੀ ਗੱਡੀ ਆ ਉਨੀਆਂ ਸਵਾਰੀਆਂ ਬਹਿਣਗੀਆਂ ਜੀ ਉੱਥੇ। ਕਾਨੂੰਨ ਹੈ ਅਤੇ ਕਾਨੂੰਨ ਇਹ ਬੜੇ ਚਿਰ ਦਾ ਬਣਿਆ ਹੋਇਆ, ਜਦੋਂ ਦਾ ਅੰਬੇਦਕਰ ਸਾਹਿਬ ਨੇ ਬਣਾਇਆ ਸੰਵਿਧਾਨ, ਉਹ ਕਾਨੂੰਨ ਦੇ ਮੁਤਾਬਕ ਹੀ ਜਿਹੜੀ ਵੀ ਗੱਡੀ ਕੋਈ ਆਉਂਦੀ ਆ ਉਹਦੀ ਲਿਮਿਟ ਹੁੰਦੀ ਆ, ਉਮਰ ਹੁੰਦੀ ਆ 15 ਸਾਲ, ਸਕੂਟਰ ਮੋਟਰਸਾਈਕਲ ਬੱਸ ਜਿਹੜੀ ਵੀ ਚੀਜ਼ ਆਉਂਦੀ ਆ, ਔਰ ਉਹਦੀ ਸੀਟਿੰਗ ਕਪੈਸਿਟੀ ਹੁੰਦੀ ਹੈ। ਜੇ ਮੋਟਰਸਾਈਕਲ ਆ ਅਤੇ ਉੱਤੇ 2 ਸਵਾਰੀਆਂ, ਕਾਰ ਆ ਅਤੇ ਉਹ 4 ਸੀਟਾਂ ਵਾਲੀ ਵੀ ਆ, 5 ਵਾਲੀ ਵੀ ਆ, ਅਤੇ ਬੱਸ ਵੀ ਜਿਹੜੀ ਆ ਉਹ 52 ਸੀਟਡ ਆ ਜਨਾਬ। ਅਤੇ ਉਹਦੇ ਦੇ ਬਾਬਤ ਸਾਡੇ ਨਾਲ ਜਿਹੜੀ ਸਵਾਰੀ ਹੈ ਉਹ ਮੂਲੋਂ ਜ਼ਿਆਦਾ ਹੋ ਜਾਂਦੀ, ਜਿਹਦੇ 'ਚ 90 ਸਵਾਰੀਆਂ, 85 ਸਵਾਰੀਆਂ, 100 ਸਵਾਰੀਆਂ ਵੀ ਹੋ ਜਾਂਦੀਆਂ। ਅਤੇ ਹਾਦਸੇ ਜਿਹੜੇ ਸੀ ਉਹ ਬਹੁਤ ਜ਼ਿਆਦਾ ਹੋ ਰਹੇ ਸੀ, ਕਦੀ ਟਾਇਰ ਪਾਟ ਗਏ, ਕਦੀ ਗੱਡੀ ਐਕਸੀਡੈਂਟ ਹੋ ਗਈ, ਕਦੀ ਮਤਲਬ ਵੀ ਅਨਬੈਲੈਂਸ ਹੋ ਗਈ, ਅਤੇ ਉਹ ਨੁਕਸਾਨ ਜਿਹੜਾ ਸੀ ਉਹ ਸਾਰਾ ਵਰਕਰਸ ਨੂੰ ਝਲਣਾ ਪੈਂਦਾ, ਡਰਾਈਵਰ ਨੂੰ, ਕਨੈਕਟਰ ਨੂੰ, ਉਹ ਬਿਪਤਾ ਜਿਹੜੀ ਸਾਰੀ ਉਹਨਾਂ ਨੂੰ ਪੈਂਦੀ ਸੀ। ਇਹਦੇ ਕਰਕੇ ਫੈਸਲਾ ਲਿਆ ਸੀ ਵੀ ਅਸੀਂ ਸਵਾਰੀਆਂ ਹੀ ਉਨੀਆਂ ਬਿਠਾਵਾਂਗੇ ਜਿੰਨੀਆਂ ਸੀਟਾਂ ਨੇ ਗੱਡੀ ਦੇ ਵਿੱਚ, ਇੱਕ ਸੀਟ 'ਤੇ ਇੱਕ ਸਵਾਰੀ। ਹੁਣ ਕੀ ਹੋਇਆ ਵੀ ਸਾਡੀ 14-15-16 ਦੀ ਹੜਤਾਲ ਹੈ 3 ਦਿਨ ਦੀ, ਜਿਹੜਾ ਉਹ ਸਟੈਂਡ ਆ ਪ੍ਰੋਗਰਾਮ ਸਾਡਾ ਜੋ ਅਸੀਂ ਜਥੇਬੰਦੀ ਨੇ ਨੋਟਿਸ ਦਿੱਤਾ ਹੋਇਆ, ਪਿਛੇ ਸਾਡੀ ਮੀਟਿੰਗ ਹੋਈ ਹੈ, ਸਾਡੇ ਡਾਇਰੈਕਟਰ ਸਾਹਿਬ ਵੀ ਨਵੇਂ ਆਏ ਨੇ ਅਤੇ ਸੈਕਟਰੀ ਸਾਹਿਬ ਵੀ ਨਵੇਂ ਆਏ ਨੇ, ਉਹਨਾਂ ਨੇ ਕਿਹਾ ਵੀ ਸਾਨੂੰ ਥੋੜ੍ਹੀ ਜਿਹੀ ਮੌਲੋ ਦਿਓ ਵੀ ਅਸੀਂ ਨਵੇਂ ਆਏ ਹਾਂ, ਤੁਹਾਡੀਆਂ ਚੀਜ਼ਾਂ ਨੂੰ ਸਮਝਾਂਗੇ, ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। 8 ਤਰੀਕ ਦੀ ਮੀਟਿੰਗ ਮਿਲੀ ਹੈ ਸਾਨੂੰ ਮੁੱਖ ਮੰਤਰੀ ਪੰਜਾਬ ਦੀ, ਪਹਿਲਾਂ 1 ਤਰੀਕ ਦੀ ਸੀ, ਉਹਨਾਂ ਨੇ 8 ਕਰਤੀ। ਖੈਰ ਮੀਟਿੰਗ ਕਰਾਂਗੇ, ਅਸੀਂ ਭੱਜਦੇ ਨਹੀਂ ਗਏ। ਹੁਣ ਦਿੱਕਤ ਕੀ ਆ ਰਹੀ ਸੀ ਵੀ ਜਿਹੜੇ ਜਿੱਦਾਂ ਬੱਚੇ ਨੇ, ਸਟੂਡੈਂਟ ਨੇ, ਸਕੂਲੇ ਜਾਣ ਵਾਲੇ ਬੱਚੇ, ਜਾਂ ਕੋਈ ਪੇਸ਼ੈਂਟ ਹੈ ਜਿਹੜਾ ਕੋਈ ਪਹਿਲੇ ਟਾਈਮਾਂ 'ਤੇ ਜਿਨ੍ਹਾਂ ਨੇ ਜਾਣਾ ਹੁੰਦਾ ਅਤੇ ਫਿਰ ਉਹ ਜਾ ਕੇ ਅਪੋਇੰਟਮੈਂਟ ਲਈ ਹੁੰਦੀ ਹੈ PGI ਵਗੈਰਾ ਜਾਂ ਕਿਤੇ ਬਾਹਰ, ਉਹਨਾਂ ਨੂੰ ਅਸੀਂ ਇੰਨੀ ਕੁ ਰਿਆਤ ਦਿੱਤੀ ਹੈ ਵੀ ਜੇ ਪਹਿਲੇ ਟਾਈਮਾਂ 'ਤੇ ਲਾਸਟ ਟਾਈਮ ਜਦੋਂ ਕੋਈ ਜਿਹੜੇ ਬੱਸ ਪਾਸੇ ਨੂੰ ਬੱਸ ਹੀ ਨਹੀਂ ਕੋਈ ਜਾਂਦੀ ਹੋਰ, ਮੂਲੋਂ ਜ਼ਿਆਦਾ ਮਤਲਬ ਵੀ ਸਵਾਰੀ ਵੀ ਖੜ੍ਹੀ ਹੈ, ਤਾਂ ਉਹਨਾਂ ਨੂੰ ਰਿਆਤ ਦਿੱਤੀ ਹੈ ਥੋੜ੍ਹੀ ਜਿਹੀ ਵੀ ਭਾਈ ਉਹਨਾਂ ਨੂੰ ਪਹੁੰਚਾਵਾਂਗੇ ਟਿਕਾਣੇ ਅਸੀਂ, ਕਿਉਂਕਿ ਕਿਸੇ ਦੇ ਦੁਸ਼ਮਣ ਨਹੀਂ ਗੇ, ਸਾਡੀਆਂ ਧੀਆਂ ਭੈਣਾਂ ਨੇ, ਸਾਡੇ ਬੱਚੇ ਨੇ, ਇਸ ਕਰਕੇ ਅਸੀਂ ਥੋੜ੍ਹੀ ਰਿਆਤ ਦਿੱਤੀ ਹੈ ਜੀ ਵੀ ਜੇ ਕੋਈ 5-7-10 ਸਵਾਰੀਆਂ ਚੜ੍ਹ ਜਾਂਦੀਆਂ, ਬੱਚੇ ਚੜ੍ਹ ਜਾਂਦੇ ਆ, ਜਾਂ ਕੋਈ ਮਰੀਜ਼ ਆ ਕੋਈ ਜਿਹੜਾ ਬਹੁਤ ਜ਼ਰੂਰੀ ਆ ਜਿਹਨੂੰ, ਉਹਨੂੰ ਅਸੀਂ ਚੜ੍ਹਾਵਾਂਗੇ, ਬਾਕੀ ਸਵਾਰੀਆਂ ਜਿਹੜੀਆਂ ਨੇ ਉਹ ਕਾਨੂੰਨ ਮੁਤਾਬਕ 52 ਹੀ ਨੇ ਜੀ। ਜੀ ਜੀ, ਐਮਰਜੈਂਸੀ ਜੇ ਕੋਈ ਹੋ ਜਾਂਦਾ ਤਾਂ ਉਹਦੀ ਅਸੀਂ ਮਦਦ ਕਰਾਂਗੇ। ਬਾਕੀ ਜਿਹੜੀਆਂ ਹੁਣ J&K ਆਪਣਾ ਸਟੇਟ ਹੈ ਜੀ, ਉੱਥੇ ਜੱਜ ਖਲੋਂਦੇ ਨੇ ਸੜਕਾਂ 'ਤੇ, ਉਹ ਗੱਡੀਆਂ ਦੀਆਂ ਸਵਾਰੀਆਂ ਚੈੱਕ ਕਰਦੇ ਨੇ, ਜੇ ਸਵਾਰੀਆਂ ਵਿੱਚ ਖਲੋਤੀਆਂ ਹੋਣ, ਜਿੰਨੀਆਂ ਸਵਾਰੀਆਂ ਨੇ ਪਰ ਸਵਾਰੀ 200 ਰੁਪਏ ਦੇ ਹਿਸਾਬ ਨਾਲ ਜੁਰਮਾਨਾ ਹੁੰਦਾ ਜੀ, ਉਹ ਚਲਾਨ ਕਰਦੇ ਨੇ ਬਾਹਰਲੀ ਸਟੇਟ ਵਾਲੇ, ਉੱਥੇ ਨਹੀਂ, ਬਾਹਰਲੀਆਂ ਸਟੇਟਾਂ 'ਚ ਨਹੀਂ। ਆਪਣੇ ਜੇ ਪੰਜਾਬ ਦੇ ਵਿੱਚ ਸਾਡੇ ਨਾਲ ਸਾਡੀ ਜਨਤਾ ਜਿਹੜੀ ਆ ਉਹ ਸਪੋਰਟ ਕਰੂਗੀ, ਕਿਉਂਕਿ ਟਰਾਂਸਪੋਰਟ ਦੇ ਵਿੱਚ ਬੱਸਾਂ ਬਹੁਤ ਘੱਟ ਨੇ, ਜਿੱਦਾਂ 1200-1250 ਬੱਸਾਂ ਜਿਹੜੀਆਂ ਨੇ ਉਹ PRTC ਕੋਲ ਹੈ, ਸਾਡੇ ਕੋਲ 2407 ਦਾ ਫਲੀਟ ਆ, ਪਰ ਉਹ ਪੂਰਾ ਨਹੀਂ ਹੈਗਾ, ਇਹ 1947 ਵੇਲੇ ਜਦੋਂ ਬਣਿਆ ਸੀ ਉਦੋਂ ਇੰਨਾ ਕੁ ਸੀ ਬੱਸਾਂ, ਹੁਣ ਤਾਂ ਜਨਤਾ ਬਹੁਤ ਹੋ ਗਈ, ਆਬਾਦੀ ਬਹੁਤ ਜ਼ਿਆਦਾ ਹੋ ਗਈ, ਆਬਾਦੀ ਦੇ ਹਿਸਾਬ ਨਾਲ ਜੇ 10,000 ਨਵੀਂ ਬੱਸ ਵੀ ਸਰਕਾਰ ਪਾਵੇ
ਤਾਂ ਵੀ ਮਤਲਬ ਵੀ ਉਹ ਕਵਰ ਨਹੀਂ ਕਰ ਸਕਦੇ। ਇਹ ਮੈਨੇਜਮੈਂਟ ਨੂੰ ਤੇ ਸਰਕਾਰ ਨੂੰ ਸੋਚਣਾ ਪਊਗਾ ਵੀ ਬੱਸਾਂ ਹੋਰ ਪਾਵੇ। ਜੇ ਬੱਸਾਂ ਪੈਣਗੀਆਂ ਤੇ ਫਿਰ ਆਮ ਜਨਤਾ ਨੂੰ ਨੌਕਰੀਆਂ ਵੀ ਮਿਲਣਗੀਆਂ ਤੇ ਉਹ ਚ ਬੱਲੇ ਬੱਲੇ ਵੀ ਫਿਰ ਸਰਕਾਰ ਦੀ ਹੋਊਗੀ ਜੀ। ਸਾਡਾ ਤੇ ਕੋਈ ਤੁਸੀਂ ਦੱਸਿਆ ਜਿਹੜਾ ਹੁਣ ਮਜਬੂਰੀ ਤੇ ਇਹ ਹੈ ਵੀ ਜਿਹੜਾ ਵੀ ਕੋਈ ਚਲਾਣ ਹੁੰਦਾ ਉਹ ਡਰਾਈਵਰ ਤੇ ਕੰਡਕਟਰ ਦਾ ਹੁੰਦਾ, ਉਹਨਾਂ ਨੂੰ ਪੱਲਿਓਂ ਭਰਨਾ ਪੈਂਦਾ, ਮਹਿਕਮਾ ਨਹੀਂਗਾ ਭਰਦਾ। ਪਰ ਜੇ ਕਿਤੇ ਲੋਕਾਂ ਵਾਸਤੇ ਸਾਨੂੰ ਇੰਨਾ ਕਰਨਾ ਪਊਗਾ ਫਿਰ ਅਸੀਂ ਭਰ ਵੀ ਦੇਵਾਂਗੇ ਜੀ। ਜਿਹੜਾ ਕੋਈ ਹੁਣ ਵਿਚਾਰਾ ਐਮਰਜੈਂਸੀ 'ਚ ਆ ਗਿਆ ਜਿਹਦੀਆਂ ਵਿਚਾਰ ਦੀਆਂ ਲੱਤਾਂ ਹੀ ਨਹੀਂ ਕੰਮ ਕਰਨ ਡੀਆਂ, ਜੇ ਉਹਨੂੰ ਚੜਾਉਣਾ ਪੈਂਦਾ ਜਾਂ ਕੋਈ ਕੈਂਸਰ ਪੇਸ਼ੈਂਟ ਕੋਈ ਪੀਜੀਆਈ ਤੋਂ ਆਉਂਦਾ, ਅਤੇ ਜੇ ਕੋਈ ਇੰਨਾ ਮੱਥੇ 'ਤੇ ਅੱਖਾਂ ਰੱਖ ਕੇ ਤਾਂ ਵਾਰਾਂ ਨਹੀਂ ਜੀ ਖਾਂਦਾ ਕਿ ਕੋਈ ਬੱਸ ਸੀਸਾਂ ਥੋੜ੍ਹੇ ਲੈਣੀਆਂ। ਇੱਕ ਰਾਹਤ ਦਿੱਤੀ ਗਈ ਤੁਹਾਨੂੰ? ਹਾਂਜੀ, ਰਾਹਤ ਦਿੱਤੀ ਹੈ ਜੀ। ਪਰ ਇਹਨੂੰ ਮਜਬੂਰੀ ਨਾ ਸਮਝ ਲਏ ਵੀ ਕੋਈ ਬੰਦਾ ਧੱਕੇ ਨਾਲ ਕੋਈ ਸਾਡੇ ਨਾਲ ਕੋਈ ਡਰਾਈਵ ਕੰਡਕਟਰ ਨਾਲ ਕੋਈ ਝਗੜਾ ਕਰਨ ਲੱਗੇ, ਉਹ ਨਹੀਂ ਹੋਣ ਦੇਣਾ। ਉਹ ਬਕਾਇਦਾ ਉਹੀ ਧਾਰਾ ਲੱਗੂਗੀ, ਉੱਥੇ ਪਰਚਾ ਕਰਾਵਾਂਗੇ ਜੇ ਕੋਈ ਸਾਡੇ ਡਰਾਈਵ ਕੰਡਕਟਰ ਨਾਲ ਲੜਾਈ ਝਗੜਾ ਕਰੂਗਾ। ਤੇ ਕਿੰਨੀ ਦੇਰ ਤੱਕ ਰਾਹਤ ਹੈ? ਰਾਹਤ ਹੀ ਹੈ ਜੀ, ਇਹ ਕਾਨੂੰਨ ਹੈ, ਕਾਨੂੰਨ ਦੇ ਉੱਤੋਂ ਦੀ ਤਾਂ ਅਸੀਂ ਹੈ ਨਹੀਂ। ਕਾਨੂੰਨ ਮੁਤਾਬਕ 52 ਸਵਾਰੀਆਂ ਬਹਿਣੀਆਂ, ਜੇ 52 ਸੀਟਡ ਆ 52, ਜੇ 28 ਆ 48 ਆ, ਜਿੰਨੀਆਂ ਸੀਟਾਂ ਵਾਲੀ ਗੱਡੀ ਆ ਉਨੀਆਂ ਸਵਾਰੀਆਂ ਬਹਿਣਗੀਆਂ ਜੀ ਉੱਥੇ।